मान लो कुल मिला के 7-8 लाख का फायदा है, छोटा जा डब्बा करता सस्ता जा डब्बा। हाँ जी, हाँ जी। पर ता परता ना काम भी चोरां दे चलूगा, ट्रैक्टर उदो भी गर्म हो जाता है, लखां दा नुकसान होता। हाँ जी। ये लोलू दे विच प्रॉपर काम करूगा? ये भी रे 100 च 100 है। अच्छा जी, काम जा भाई पूरा काम जा भाई। इत्थे सिस्टम हो रहा है जिथे तुसी बन लोगे, मान लो 100 टेंपरेचर ते इंजन दा नुकसान होंदा, तुसी 90 ते बन लोगे तां 90 ते ही हार्न चलूगा, थोनू पहला ही पता लग जू भी साडा जिहड़ा इंजन आ ਉਹ ਗਰਮ ਹੋਣ ਜਾ ਰਿਹਾ ਹੈਗਾ, ਤੁਸੀਂ ਪਹਿਲਾਂ ਬਚਾਅ ਕਰ ਲਓ। ਨਾਲੇ ਤਾਂ ਦਾਣੇ ਡੁੱਲਦੇ ਨੇ, ਨਾਲੇ ਐਲੀਵੇਟਰ ਚੋਕ ਹੋ ਜਾਂਦਾ, ਸਮੇਂ ਦੀ ਬਰਬਾਦੀ ਹੁੰਦੀ ਹੈ। ਆਪਾਂ ਇੱਕ ਮਤਲਬ ਇਹੀ ਜੀ ਡਿਵਾਈਸ ਬਣਾ ਕੇ ਲਾਉਂਦੇ ਆ ਵਿੱਚ, ਤਾਂ ਟੈਂਕ ਭਰਨ ਤੋਂ ਪਹਿਲਾਂ ਡਰਾਈਵਰ ਕੋਲੇ ਹਾਰਨ ਮਾਰੋ। ਆਉਣਾ ਬਹੁਤ ਈਜ਼ੀ ਹੈ, 12 ਵੋਲਟ ਤੇ ਆਪਰੇਟ ਹੁੰਦਾ ਹੈਗਾ, ਆਮ ਨਾਰਮਲ ਬੰਦਾ ਹੀ ਇਹਨੂੰ ਲਾ। ਸਤਿ ਸ਼੍ਰੀ ਅਕਾਲ ਦੋਸਤੋ, ਲੈ ਵੀ ਇੱਕ ਬਹੁਤ ਘੈਂਟ ਚੀਜ਼ ਲੈ ਕੇ ਆਏ ਆ ਤੁਹਾਡੇ ਕੋਲੇ, ਆ ਕੰਬਾਈਨ ਆ। ਕੱਲਾ ਕੰਬਾਈਨ ਨਹੀਂ, ਕਾਰਾਂ, ਬੱਸਾਂ, ਟਰੱਕ, ਟਰੈਕਟਰ, ਜੋ ਵੀ ਚੀਜ਼ ਆ, ਇੱਕ ਗਿਫਟ ਲੈ ਕੇ ਆਏ ਆ। ਗਿਫਟ ਕੀ ਆ? ਤੁਹਾਡਾ ਇੰਜਣ ਗਰਮ ਨਹੀਂ ਹੋਊਗਾ। ਇਸ ਟਾਈਮ ਖੜੇ ਆ ਸੰਗਤਪੁਰਾ ਪਿੰਡ ਲਹਿਰੇ ਦੇ ਵਿੱਚ, ਜ਼ਿਲ੍ਹਾ ਸੰਗਰੂਰ, ਬਾਈ ਜਸਵਿੰਦਰ ਸਿੰਘ ਕੋਲੇ। ਇਹਨਾਂ ਨੇ ਇੱਕ ਇਹੋ ਜਿਹੀ ਖੋਜ ਕਰਤੀ, ਇੱਕ ਵੀਡੀਓ ਆਪਾਂ ਪਹਿਲਾਂ ਵੀ ਪਾਈ ਸੀ, ਅੱਜ ਤੁਹਾਨੂੰ ਡੰਮੀ ਦਿਖਾਉਣ ਵਾਸਤੇ, ਸੈਂਪਲ ਦਿਖਾਉਣ ਵਾਸਤੇ ਵੀਡੀਓ ਬਣਾ ਰਹੇ ਆ ਵੀ ਕੰਮ ਕਿਵੇਂ ਕਰਦੀ ਆ। ਸੋ ਪਹਿਲਾਂ ਤਾਂ ਬਾਈ ਦਾ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ ਵੀਰ ਜੀ, ਸਵਾਗਤ ਹੈ ਜੀ। ਬਈ ਮੈਂ ਤੁਹਾਨੂੰ ਦੱਸਦਾ ਵੀ ਇੰਜਣ ਜਿਹੜਾ ਤੁਹਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਂਦਾ, ਜੇ ਬਾਈ ਚਾਂਸ ਕਈ ਵਾਰੀ ਰੇਡੀਏਟਰ ਲੀਕ ਹੋ ਜਾਂਦਾ, ਪਾਣੀ ਤੋਂ ਬਿਨਾਂ ਸੂਈ ਨਹੀਂ ਉੱਠਦੀ ਹੁੰਦੀ, ਜੇ ਇੰਜਣ ਗਰਮ ਹੋ ਜੇ। ਇੱਥੇ ਸਿਸਟਮ ਹੋ ਰਿਹਾ ਹੈਗਾ ਜਿੱਥੇ ਤੁਸੀਂ ਬੰਨ ਲਓਗੇ, ਮੰਨ ਲਓ 100 ਟੈਂਪਰੇਚਰ ਤੇ ਇੰਜਣ ਦਾ ਨੁਕਸਾਨ ਹੁੰਦਾ, ਤੁਸੀਂ 90 ਤੇ ਬੰਨ ਲਓਗੇ ਤਾਂ 90 ਤੇ ਹੀ ਹਾਰਨ ਚੱਲੂਗਾ, ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜੂ ਵੀ ਸਾਡਾ ਜਿਹੜਾ ਇੰਜਣ ਉਹ ਗਰਮ ਹੋਣ ਜਾ ਰਿਹਾ ਹੈਗਾ, ਤੁਸੀਂ ਪਹਿਲਾਂ ਬਚਾ ਕਰ ਲਓਗੇ। ਹੈ ਨਾ ਜੀ ਵੀਰ ਜੀ? ਹਾਂਜੀ। ਕਿਵੇਂ ਕਰਦਾ ਜੀ ਵਰਕ ਤੁਹਾਡਾ ਜਿਹੜਾ ਤੁਸੀਂ ਇਹ ਚੀਜ਼ ਬਣਾਈ ਆ? ਜਿਹੜਾ ਆਪਾਂ ਨੇ ਸਿਸਟਮ ਬਣਾਇਆ ਹੈਗਾ ਜੀ, ਇਹ ਮਤਲਬ ਜਦੋਂ ਆਪਣਾ ਇੰਜਣ ਗਰਮ ਹੁੰਦਾ ਹੈਗਾ ਤਾਂ ਗਰਮ ਹੁੰਦੇ ਇੰਜਣ ਦਾ ਆਪਣਾ ਸੂਈ ਤੇ ਕਈ ਵਾਰੀ ਨਹੀਂ ਧਿਆਨ ਜਾਂਦਾ, ਕਿਉਂਕਿ ਕਮੈਨ ਲੈਣ ਚ ਗਰਦਾ ਜ਼ਿਆਦਾ ਹੁੰਦਾ। ਬਿਲਕੁਲ ਜੀ। ਤੇ ਇਹ ਹੈ ਜਿਹੜਾ ਇਹ ਡਰਾਈਵਰ ਕੋਲੇ ਹਾਰਨ ਮਾਰ ਦੋ ਵੀ ਤੁਹਾਡਾ ਇੰਜਣ ਹੁਣ 90 ਜਾਂ 95 ਤੇ ਗਰਮ ਹੋ ਗਿਆ ਜੀ। ਬਿਲਕੁਲ, ਇਸ ਤਰ੍ਹਾਂ ਵਰਕ ਕਰਦਾ ਹੈਗਾ, ਤੁਸੀਂ ਜਿੰਨੇ ਤੇ ਮਰਜ਼ੀ ਇਹਨੂੰ ਸੈੱਟ ਕਰ ਸਕਦੇ। ਜਿਵੇਂ ਹੁਣ ਜੀ ਹਾੜੀ ਦਾ ਸੀਜ਼ਨ ਵੀ ਸ਼ੁਰੂ ਹੋਣਾ ਹੈਗਾ, ਹਾਂਜੀ, ਅੱਗੇ ਫਿਰ ਲੋਆਂ ਦਾ ਵੀ ਸੀਜ਼ਨ ਸ਼ੁਰੂ ਹੋਣਾ, ਫਿਰ ਭਰਤਾਂ ਭਰਤਾਂ ਦਾ ਕੰਮ ਵੀ ਜ਼ੋਰਾਂ ਤੇ ਚੱਲੂਗਾ, ਟਰੈਕਟਰ ਉਦੋਂ ਵੀ ਗਰਮ ਹੋ ਜਾਂਦੇ ਨੇ, ਲੱਖਾਂ ਦਾ ਨੁਕਸਾਨ ਹੁੰਦਾ। ਹਾਂਜੀ, ਇਹ ਲੋਲੂ ਦੇ ਵਿੱਚ ਪ੍ਰੋਪਰ ਕੰਮ ਕਰੂਗਾ? ਹਰ ਕਿਤੇ ਕੰਮ ਕਰਦਾ ਜੀ, ਇਹਨੂੰ ਕੋਈ ਦਿੱਕਤ ਨਹੀਂ, ਜਿੱਥੇ ਪਾਣੀ ਚੱਲਦਾ ਹੈਗਾ ਪਾਣੀ ਵਾਲੇ ਹਾਊਸ ਪੈਪ ਚ ਲੱਗਦਾ ਹੈਗਾ ਜੀ ਇਹ ਸਿਸਟਮ, ਤੇ ਇਹ ਜਦੋਂ ਇਹਨੂੰ ਉਹਨਾਂ ਟੈਂਪਰੇਚਰ ਮਿਲ ਗਿਆ ਨੇ ਡਰਾਈਵਰ ਲੱਭੇ, ਆਟੋਮੈਟਿਕ ਹਾਰਨ ਮਾਰਦਾ। ਅੱਛਾ, ਟੈਂਪਰੇਚਰ ਸੈੱਟ ਕਰਨਾ ਹੈਗਾ ਆਪਾਂ ਵੀ ਇੰਨੇ ਦੇ ਹਾਰਨ ਮਾਰ, ਜਿੰਨੇ ਤੇ ਤੁਹਾਡੀ ਇੱਛਾ ਹੈ। ਅੱਛਾ ਜੀ, ਮਤਲਬ ਪਹਿਲੀ ਤੁਸੀਂ ਆਪਣਾ ਸੋਚ ਕੇ ਰੱਖਣਾ ਹੈਗਾ ਵੀ ਆਪਾਂ ਨੂੰ ਪਹਿਲਾਂ ਹੀ ਪਤਾ ਲੱਗ ਜੇ 5-4 ਡਿਗਰੀ ਪਹਿਲਾਂ ਹੀ ਵੀ ਸਾਡਾ ਇੰਜਣ ਗਰਮ ਹੋਣ ਜਾ ਰਿਹਾ ਹੈਗਾ। ਹਾਂਜੀ, ਹੈ ਨਾ ਜੀ? ਤੇ ਹੋਰ ਕਿਹੜੇ ਕਿਹੜੇ ਸਾਧਨਾਂ ਚ ਲੱਗਦਾ ਜੀ ਇਹਨੂੰ? ਤੁਸੀਂ ਟਰੈਕਟਰ, ਕੰਬਾਈਨ, ਬੱਸ, ਟਰੱਕ ਕਿਸੇ ਵੀ ਚੀਜ਼ ਚ ਲਾ। ਅੱਛਾ ਜੀ, ਸਾਰੇ ਪੂਰਾ ਪ੍ਰੋਪਰ ਵਰਕ ਕਰੂਗਾ ਜੀ? ਹਾਂਜੀ ਸਰ। ਮੰਨ ਲਓ ਤੁਸੀਂ ਲੱਖਾਂ ਦਾ ਨੁਕਸਾਨ ਹੋਣ ਨੂੰ ਬਚਾ ਰਹੇ ਹੋ, ਜੇ ਆਪਾਂ ਕਹੀਏ ਖਰਚੇ ਦੀ ਗੱਲ ਕਰੀਏ, ਕਿੰਨਾ ਕੁ ਖਰਚਾ? ਤਾਂ ਕੋਈ ਜ਼ਿਆਦਾ ਨਹੀਂ ਹੈਗਾ ਜੀ, ਇਹ ਤਾਂ ਪੌਂਤੀ ਕਸਟਮਰ ਪੁੱਛ ਸਕਦਾ। ਠੀਕ ਹੈ ਜੀ, ਥੋੜੇ ਖਰਚੇ 'ਚ ਹੀ ਹੋਊਗਾ? ਹਾਂ, ਥੋੜੇ ਖਰਚੇ 'ਚ ਹੀ ਹੈ। ਐਂ ਕਹਿ ਲਓ ਵੀ ਇੱਕ ਦਿਹਾੜੀ, ਦਿਹਾੜੀ ਦਾ ਖਰਚਾ ਹੀ ਹੈ। ਤੇ ਜੇ ਇਹਨੂੰ ਬੰਦਾ ਮੰਨ ਲਓ ਵੀ ਹੁਣ ਆਨਲਾਈਨ ਮੰਗਾਵੇ ਤੁਹਾਡੇ ਤੋਂ, ਹਾਂਜੀ, ਤਾਂ ਲਾਉਣ ਦਾ ਕੀ ਸਿਸਟਮ ਆ? ਲਾ ਸਕਦੇ ਪੂਰਾ? ਹਾਂ, ਲਾਉਣਾ ਬਹੁਤ ਈਜ਼ੀ ਹੈ, 12 ਵੋਲਟ ਤੇ ਆਪਰੇਟ ਹੁੰਦਾ ਹੈਗਾ, ਆਮ ਨਾਰਮਲ ਬੰਦਾ ਹੀ ਇਹਨੂੰ ਲਾ ਸਕਦਾ। ਮੰਨ ਲਓ ਵੀਡੀਓ ਕਾਲ ਕਰਕੇ ਵੀ ਲਾ ਸਕਦਾ, ਤੁਹਾਡੇ ਤੋਂ ਮੰਗਵਾ ਲਿਆ। ਹਾਂਜੀ, ਲਾਉਣਾ ਕੋਈ ਔਖਾ। ਠੀਕ ਹੈ ਜੀ। ਇੱਕ ਵੀਰ ਜੀ, ਤੁਸੀਂ ਉਹ ਟੈਂਕ ਵਾਲਾ ਬਣਾਇਆ ਹੋਇਆਗਾ? ਹਾਂਜੀ। ਵੀ ਜਦੋਂ ਟੈਂਕ ਭਰ ਜਾਂਦਾ ਆਮ ਤੌਰ ਤੇ ਜਿਹੜਾ ਸਿਸਟਮ ਆ ਚੋਕ ਹੋ ਜਾਂਦਾ ਓਵਰ ਜਦੋਂ ਭਰ ਜੇ, ਹਾਂਜੀ, ਉਹ ਵੀ ਤੁਸੀਂ ਕਹਿੰਦੇ ਸੀ ਵੀ ਟਰਾਲਾ ਜੇ ਲੈ ਜੇ ਰਾਹ 'ਚ ਭੱਜੀ ਜਾਂਦੀ ਕੰਬਾਈਨ ਦਾ, ਜਾਂ ਟੈਂਕ ਭਰ ਜਾਂਦਾ ਉਦੋਂ ਹਾਰਨ, ਉਹ ਕੀ ਸਿਸਟਮ ਆ, ਕਿਵੇਂ ਵਰਕ? ਜੇ ਕਈ ਵਾਰੀ ਤੁਰੀ ਜਾਂਦੀ ਮਸ਼ੀਨ ਦਾ ਰੋਡ ਤੇ ਗੁੱਲਾ ਨਿਕਲ ਜੇ, ਟਰਾਲਾ ਉੱਤਰ ਜੇ, ਉਹ ਸਿਸਟਮ ਵੀ ਆਪਾਂ ਬਣਾ ਕੇ ਲਾਉਨੇ ਆ ਜੀ। ਜਿਹੜੇ ਕਿਸੇ ਬਰੀ ਨੂੰ ਲੋਡ ਹੁੰਦੀ ਹੈ ਆਪਾਂ ਉਹ ਵੀ ਲਾਉਨੇ ਆ ਵੀ ਜੇ ਟਰਾਲਾ ਨਿਕਲ ਗਿਆ ਤਾਂ ਡਰਾਈਵਰ ਕੋਲੇ ਹਾਰਨ ਮਾਰੋ ਜੀ। ਜਿਵੇਂ ਹੁਣ ਆਪਾਂ ਹੁਣ ਮੂਰੇ ਤੂੜੀ ਦਾ ਵੀ ਚੱਲੂਗਾ, 3-3 ਟਰਾਲੀਆਂ ਪਾ ਕੇ ਜਾਂਦੇ ਨੇ, ਉੱਥੇ ਵੀ ਕੰਮ ਕਰਨਾ? ਹਾਂ, ਉਹਨਾਂ ਤੇ ਵੀ ਉਹ ਸਾਡਾ ਸਿਸਟਮ ਹੈ ਜਿਹੜਾ ਕੰਮ ਕਰਦਾ। ਓਕੇ ਜੀ, ਤੇ ਟੈਂਕ ਵਾਲਾ ਕੀ ਸਿਸਟਮ ਹੈ ਜੀ? ਜਿਵੇਂ ਹੁਣ ਆਪਣੀ ਕਮੈਨ ਦਾ ਦਾਣੇ ਵਾਲਾ ਟੈਂਕ ਭਰ ਜਾਂਦਾ, ਕਈ ਵਾਰੀ ਡਰਾਈਵਰ ਦਾ ਧਿਆਨ ਨਹੀਂ ਜਾਂਦਾ ਜਾਂ ਆਪਾਂ ਨੂੰ ਉਹ ਵੀ ਪਤਾ ਨਹੀਂ ਲੱਗਦਾ, ਤਾਂ ਨਾਲੇ ਤਾਂ ਦਾਣੇ ਡੁੱਲਦੇ ਨੇ, ਨਾਲੇ ਐਲੀਵੇਟਰ ਚੋਕ ਹੋ ਜਾਂਦਾ, ਸਮੇਂ ਦੀ ਬਰਬਾਦੀ ਹੁੰਦੀ ਹੈ। ਆਪਾਂ ਇੱਕ ਮਤਲਬ ਇਹੀ ਜੀ ਡਿਵਾਈਸ ਬਣਾ ਕੇ ਲਾਉਨੇ ਆ ਵਿੱਚ, ਤਾਂ ਟੈਂਕ ਭਰਨ ਤੋਂ ਪਹਿਲਾਂ ਡਰਾਈਵਰ ਕੋਲੇ ਹਾਰਨ ਮਾਰੋ। ਓਕੇ ਜੀ, ਜੇ ਤੁਹਾਡਾ ਟੈਂਕ ਭਰ ਗਿਆ ਥੋੜੀ ਦੂਰ ਜਾ ਕੇ ਫੁੱਲ ਹੋ ਜਾਊਗਾ। ਲੈ ਵੀ ਦਰਸ਼ਕੋ, ਬਹੁਤ ਕੰਮ ਦੀ ਚੀਜ਼ ਆ, ਲੰਮੀ ਵੀਡੀਓ ਦਾ ਆਨੰਦ ਜਾ ਖਰਾਬ ਹੋ ਜਾਂਦਾ। ਹੋਰ ਜਾਣਕਾਰੀ ਲੈਣੀ ਆ, ਸਕਰੀਨ ਤੇ ਨੰਬਰ ਦਿੱਤੇ ਹੋਏ ਨੇ, ਸੰਪਰਕ ਕਰ ਲਓ, ਆਨਲਾਈਨ ਮੰਗਾ ਲਓ, ਆਲ ਇੰਡੀਆ ਡਿਲੀਵਰੀ ਇਹ ਕਰਾ ਦੇਣਗੇ। ਜਿਹੜਾ ਡਿਲੀਵਰੀ ਚਾਰਜਸ ਹੋਣਗੇ ਤੁਹਾਡੇ ਹੋਣਗੇ, ਕਿਉਂਕਿ ਇਹਨਾਂ ਨੇ ਜਿਹੜਾ ਇਹ ਗੈਜਟ ਦੇ ਪੈਸੇ ਬਹੁਤ ਹੀ ਸੀਮਿਤ ਖਰਚਾ ਲੈ ਰਹੇ ਨੇ, ਇਸ ਕਰਕੇ ਡਿਲੀਵਰੀ ਦਾ ਚਾਰਜ ਤੁਹਾਡਾ ਹੋਊਗਾ। ਬਾਕੀ ਆਪਾਂ ਇੱਕ ਵੀਰ ਨੇ ਪਿਛਲੇ ਸਾਲੇ ਕਹਿੰਦੇ ਪਿਛਲੇ ਸੀਜ਼ਨ ਵੇਲੇ ਕੰਬਾਈਨ ਤੇ ਲਾ ਕੇ ਚਲਾਈ ਸੀ, ਉਹਨਾਂ ਦਾ ਵੀ ਵਰਸ਼ਨ ਲੈਂਦੇ ਆ, ਉਹਨਾਂ ਤੋਂ ਪੁੱਛਦੇ ਆ ਵੀ ਕਿਵੇਂ ਲੱਗਿਆ ਤੁਹਾਨੂੰ ਇਹ ਗੈਜਟ।
ਲਵੀ ਬਾਈ ਸ਼ਿੰਦਰਪਾਲ ਸਿੰਘ ਔਰ ਫੱਟੀ ਟੂ ਕੰਬਾਈਨ ਤੇ ਜਾ ਚਾ ਬੈਠਾ ਕਹਿੰਦਾ ਇੱਥੇ ਦੱਸੂਗਾ ਵੀ ਇਹ ਕੰਮ ਕਿਵੇਂ ਕਰਦੀ ਆ ਬਾਈ ਜੇ ਗੈਜਟ ਜਿਹੜਾ ਸਿਸਟਮ ਹੈਗਾ ਹਾਂਜੀ ਵੀਰੇ ਇੱਕ ਹੈਗਾ ਕਾਮਯਾਬ ਵੀ ਬਾਈ ਕਹਿੰਦਾ ਸੀ ਜਸਵਿੰਦਰ ਵੀ ਤੁਸੀਂ ਪਿਛਲੀ ਵਾਰ ਸੀਜ਼ਨ ਤੇ ਵਰਤਿਆਗਾ ਕੀ ਤੁਸੀਂ ਕਿੰਨੇ ਨੰਬਰ ਦੇਵੋਗੇ ਗੈਜਟ ਨੂੰ ਇਹ ਵੀਰੇ 100 ਚ 100 ਹੈ ਅੱਛਾ ਜੀ ਹਾਂ ਕਾਮਯਾਬ ਹੈ ਪੂਰਾ ਕਾਮਯਾਬ ਹੈ ਵੀਰੇ ਅੱਛਾ ਹਾਂਜੀ ਕਿਵੇਂ ਤੁਸੀਂ ਪਿਛਲੀ ਵਾਰ ਦੇਖਿਆ ਕੋਈ ਰਿਜ਼ਲਟ ਰਿਜ਼ਲਟ ਕਿਵੇਂ ਆਇਆ ਜੀ ਇਹਦਾ ਵੀਰੇ ਮਸ਼ੀਨ ਜਮੀ कणक मतलब झोना डिग्या होगा ओ नहीं दिया रही है दस दी अच्छा दस दिंदा वड्डी गल है जेड़ा मीटर हुंदे ने बई ਗਰਦੇ ਦਾ ਕੰਮ ਹੁੰਦਾ ਗਰਦੇ ਦਾ ਕੰਮ ਹੁੰਦਾ ਸੂਈਆਂ ਸਾਈਆਂ ਕਿੱਥੇ ਦੀਨੀਆਂ ਨੇ ਉਦੋਂ ਜਦ ਚੱਲਦੀਆਂ ਇਹਦੇ ਦੀਨੀਆਂ ਨੇ ਵੀਰੇ ਫਿਰ ਤਾਂ ਆਹੀ ਰੌਲਾ ਪਾ ਕੇ ਦੱਸਦਾ ਭਾਈ ਸਾਵਧਾਨ ਹੋ ਜਾ ਤੇਰਾ ਇੰਜਣ ਗਰਮ ਹੋ ਰਿਹਾ ਹੈ ਮੰਨ ਲਓ ਕੁੱਲ ਮਿਲਾ ਕੇ 7-8 ਲੱਖ ਦਾ ਫਾਇਦਾ ਇਹ ਛੋਟਾ ਜਿਹਾ ਡੱਬਾ ਕਰਦਾ ਸਸਤਾ ਜਿਹਾ ਡੱਬਾ ਹਾਂ ਵੀਰੇ ਹਾਂ ਵੀਰੇ ਲਓ ਬਾਈ ਜੀ ਗੱਲ ਹੈ ਵੀ ਵੀਡੀਓ ਨੂੰ ਕਰ ਦਿਓ ਸ਼ੇਅਰ ਕਿਉਂਕਿ ਇਹ ਹਰੇਕ ਕਿਸਾਨ ਦੇ ਕੰਮ ਦੀ ਵੀਡੀਓ ਹਰੇਕ ਕਿਸਾਨ ਦੀ ਆਰਥਿਕ ਸਥਿਤੀ ਨੂੰ ਸਹਾਇਤਾ ਲਾਉਣ ਵਾਲੀ ਆ ਗਈ ਤਾਂ ਜੋ ਉਹਦੇ ਜਿਹੜੇ ਆਰਥਿਕ ਹਾਲਾਤ ਪਹਿਲਾਂ ਮਾੜੇ ਨੇ ਉਹਨਾਂ ਨੂੰ ਆਹ ਨੁਕਸਾਨਾਂ ਤੋਂ ਬਚਾ ਕੇ ਕਿਤੇ ਨਾ ਕਿਤੇ ਉਹਦੇ ਬਚਾਅ ਕੀਤਾ ਜਾ ਸਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰੇਕ ਦੇ ਕੰਮ ਆ ਸਕੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ